ਡਿਫੈਂਸ ਕਲੋਨੀ ਮੋੜ 'ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਉੱਥੇ ਇੱਕ ਮੋਟਰਸਾਈਕਲ 'ਤੇ ਇੱਕ ਮੁੰਡਾ ਨੌਜਵਾਨ ਆਇਆ ਜਿਹੜਾ ਸਾਡੇ ਨਾਕੇ ਤੋਂ ਵੇਖ ਕੇ ਮੋਟਰਸਾਈਕਲ ਪਿੱਛੇ ਨੂੰ ਮੁੜ ਲੱਗਾ ਜਿਹਨੂੰ ਕਾਬੂ ਕਰਕੇ ਜਿਹਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਵਿਸ਼ਾਲ ਵਾਸੀ ਗੁਰਦਾਸਪੁਰ ਦੇ ਨਾਲ ਧਾਰੀਵਾਲ ਦੱਸਿਆ ਉਹਨੂੰ ਪੁੱਛਗਿੱਛ ਕੀਤੀ ਤਾਂ ਉਹਨੇ ਦੱਸਿਆ ਕਿ ਮੈਂ ਕੁਝ ਦਿਨ ਪਹਿਲਾਂ ਬੱਸ ਸਟੈਂਡ ਲੱਗ ਕੇ ਮੋਟਰਸਾਈਕਲ ਚੋਰੀ ਕੀਤਾ ਉਹਦੀ ਪੁੱਛਗਿੱਛ 'ਤੇ ਇੱਕ ਉਹਨੇ ਹੋਰ ਸਕੂਟਰ ਐਕਟਿਵਾ ਦੱਸੀ ਕਿ ਮੈਂ ਉਹ ਚੋਰੀ ਕੀਤੀ ਹੈ ਉਹ ਦੋਨੇ ਅਸੀਂ ਕਬਜ਼ੇ 'ਚ ਲੈ ਲਏ ਇਹਦੇ ਖਿਲਾਫ਼ 379-411 ਦਾ ਪਰਚਾ ਦਰਜ ਕਰਤਾ ਹੁਣ ਪੇਸ਼ ਅਦਾਲਤ ਕਰਕੇ ਅਗਲੀ ਕਾਰਵਾਈ ਦੇਖਾਂਗੇ ਕੀ ਇਹਦੇ ਜਵਾਬ ਕਰਾਂਗੇ ਇਸ 'ਤੇ ਪਹਿਲਾਂ ਵੀ ਪਰਚਾ ਦਰਜ ਇੱਕ ਸਾਲ ਪਹਿਲਾਂ 7 ਨੰਬਰ ਸੀ ਇਸ ਤੋਂ ਬਾਅਦ ਅਸੀਂ 1 28 ਤਰੀਕ ਨੂੰ ਇੱਕ ਹੋਰ ਦੋਸ਼ੀ ਗ੍ਰਿਫਤਾਰ 28 ਤਰੀਕ ਨੂੰ ਪਰਚਾ ਦਰਜ ਹੋਇਆ ਸੀ ਉਹ ਵੀ ਇੱਥੇ ਪਿੰਡ ਦੇ ਹੋਸਪਿਟਲ ਲੱਗ ਗਏ ਨੇ ਮੋਟਰਸਾਈਕਲ ਚੋਰੀ ਕੀਤਾ ਸੀਗਾ ਉਹ ਵੀ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਿਸਦਾ ਨਾਂ ਰਾਜਵੀਰ ਵਾਸੀ ਅਲੀ ਪਰ ਇੱਥੋਂ ਦਾ ਉਹ ਵੀ ਮੋਟਰਸਾਈਕਲ ਅਸੀਂ ਬਦਾਮ ਕਰਾ ਲਿਆ ਉਹ ਵੀ ਦੋਸ਼ੀ ਨੂੰ ਫੜ ਲਿਆ ਅੱਜ ਪੇਸ਼ ਅਦਾਲਤ ਦੋਨੇ ਦੋਸ਼ੀਆਂ ਨੂੰ ਕਰ ਲਿਆ